ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਚਟਕੋਰੇ ਲਵਾਰੇ ਨੇ ਖੱਟੀ ਖੱਟੀ ਚਟਨੀ ਦੇ ਨਾਨ ਚਨੇ ਦੇ ਇੰਨੀ ਖੱਟੀ ਚਟਨੀ ਹੈ ਨਾ ਲੱਗੀ ਤੁਸੀਂ ਇਹ ਕੋਲ ਟਰਾਈ ਕਰ ਲੈਂਦੇ ਹੋ ਨਾ ਮੈਂ 100% ਯਕੀਨ ਨਾਲ ਕਹਿ ਸਕਦੀ ਹਾਂ ਕਿ ਤੁਸੀਂ ਗੋਲ ਗੱਪੇ ਨਹੀਂ ਖਾਓਗੇ ਗੋਲ ਗੱਪਿਆਂ ਦਾ ਜਿਹੜਾ ਪਾਣੀ ਹੁੰਦਾ ਨਾ ਕਹਿ ਲਓ ਕਿ ਉਹਨੂੰ ਕੱਢ ਕੇ ਹੀ ਇਹ ਬਣੀ ਹੋਈ ਹੈ ਇੰਨੀ ਟੇਸਟੀ ਔਰ ਇੰਨੀ ਖੱਟੀ ਆ ਲੋਕਡਾਊਨ ਦੇ ਵਿੱਚ ਘਰੇ ਬੈਠੇ ਜਿਨ੍ਹਾਂ ਦੇ ਮੂੰਹ 'ਚ ਪਾਣੀ ਆ ਰਿਹਾ ਆ ਅਮੇਜ਼ਿੰਗ ਵੀ ਵਾਲਾ ਪਿਆਜ਼ ਵਾਲਾ ਚੂਰ ਚੂਰ ਨਾਨ ਹੈ ਮਿਕਸ ਹੈਗਾ ਆਲੂ ਵਾਲੇ ਆ ਜਿਹੜੇ ਫੇਮਸ ਪੰਜਾਬੀ ਸਿੰਗਰ ਨੇ ਇੰਦਰਜੀਤ ਨਿੱਕੂ ਸਰ ਉਹ ਬੜਾ ਇੱਥੇ ਤੁਹਾਡੇ ਨਾਨ ਚੋਲੇ ਖਾਣ ਆਉਂਦੇ ਨੇ ਹਾਂਜੀ ਹਰ ਹਫ਼ਤੇ ਜਾਂ ਮਹੀਨੇ ਵਿੱਚ ਲੁਧਿਆਣੇ ਹੋਣ ਜ਼ਰੂਰ ਆਉਂਦੇ ਨੇ ਕੀ ਸਰ ਇੱਦਾਂ ਦਾ ਸਪੈਸ਼ਲ ਹੈ ਕਿ ਲੋਕ ਇੱਥੇ ਹੀ ਆਉਂਦੇ ਨੇ ਖਾਣ ਸਾਡੇ ਇੱਕ ਤਾਂ ਨਾਨ ਬਹੁਤ ਕ੍ਰਿਸਪੀ ਨੇ ਜਿਹੜੇ ਸਾਡੇ ਮਸਾਲੇ ਨੇ ਸਪੈਸ਼ਲ ਆਪਣੇ ਪਿਆਰੇ ਨੇ ਕਿ ਜਿਹੜੇ ਨਾਨ ਹੁੰਦੇ ਨੇ ਉਹ ਇੱਕ ਵਾਰੀ ਤੰਦੂਰ ਦੇ ਵਿੱਚ ਪਾਏ ਜਾਂਦੇ ਨੇ ਲੇਕਿਨ ਇਹਨਾਂ ਦੇ ਜਿਹੜੇ ਨਾਨ ਨੇ ਉਹ ਸਪੈਸ਼ਲ ਦੋ ਵਾਰੀ ਇੱਕ ਵਾਰੀ ਕੱਢ ਕੇ ਦੂਜੀ ਵਾਰੀ ਫੇਰ ਉਹਨਾਂ ਨੂੰ ਬਣਾਇਆ ਜਾ ਰਿਹਾ ਇਦਾਂ ਕਿਉਂ ਇਹਦਾ ਕੋਈ ਕ੍ਰਿਸਪੀ ਬਣਨ ਵਾਸਤੇ ਕਰਾਇਆ ਜਾ ਰਿਹਾ ਨਾ ਸਪੈਸ਼ਲ ਕੁਛ ਤੋਂ ਬਾਤ ਹੈ ਜੋ ਲੋਕ ਇਤਨੀ ਦੂਰ ਦੂਰ ਸੇ ਆਤੇ ਹੈ ਇੱਕ ਆਰਡਰ ਹੋਰ ਹੈ ਜੀ ਸਰ ਵਿੱਚ ਜ਼ੋਰਦਾਰ ਕਹਿ ਰਹੇ ਆ ਜਾਓ ਤੁਹਾਡਾ ਆਰਡਰ ਹੈ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਟੀਵੀ ਗੱਲ ਪੰਜਾਬ ਦੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਅਤੇ ਅੱਜ ਮੈਂ ਪਹੁੰਚੀ ਹਾਂ ਜੀ ਗੋਆ ਚੌਪਾਤੀ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਅਤੇ ਕਾਫੀ ਟਾਈਮ ਬਾਅਦ ਅਸੀਂ ਤੁਹਾਨੂੰ ਅੱਜ ਮਿਲ ਰਹੇ ਹਾਂ ਅਤੇ ਲੋਕਡਾਊਨ ਦੇ ਵਿੱਚ ਕਿੱਦਾਂ ਦਾ ਸਾਰਿਆਂ ਦਾ ਟਾਈਮ ਨਿਕਲ ਰਿਹਾ ਹੈ ਵੈਸੇ ਤਾਂ ਸਾਰੇ ਘਰ ਹੀ ਬਹੁਤ ਜ਼ਿਆਦਾ ਫੂਡ ਟਰਾਈ ਕਰ ਰਹੇ ਹੈ ਅਤੇ ਮੈਂ ਸੋਚਿਆ ਚਲੋ ਘਰ ਬੈਠੇ ਬੈਠੇ ਕਈ ਤਾਂ ਇੱਦਾਂ ਦੇ ਨੇ ਜਿਹੜੇ ਘਰੋਂ ਨਿਕਲੇ ਹੀ ਨਹੀਂ ਹੈਗੇ 3-4 ਮਹੀਨੇ ਹੋ ਗਏ ਅਤੇ ਮੈਂ ਸੋਚਿਆ ਚਲੋ ਅੱਜ ਉਹਨਾਂ ਨੂੰ ਘੁਮਾ ਕੇ ਲੈ ਕੇ ਆਉਂਦੇ ਹਾਂ ਬਾਹਰਲਾ ਕੁਛ ਖਵਾ ਕੇ ਲੈ ਕੇ ਆਉਂਦੇ ਹਾਂ ਸੋ ਤੁਹਾਨੂੰ ਬਾਹਰਲਾ ਕੁਛ ਟੇਸਟ ਕਰਵਾਉਣ ਲਈ ਕੁਛ ਫੇਮਸ ਟੇਸਟ ਕਰਵਾਉਣ ਲਈ ਅੱਜ ਮੈਂ ਪਹੁੰਚੀ ਹਾਂ ਜੀ ਗੋਆ ਚੌਪਾਤੀ ਦੇ ਵਿੱਚ ਇਹ ਨਾ ਸੋਚਿਓ ਕਿ ਮੈਂ ਗੋਆ ਦੇ ਵਿੱਚ ਖੜੀ ਹਾਂ ਮੁੰਬਈ ਦੇ ਵਿੱਚ ਆਈ ਹਾਂ ਤੁਹਾਨੂੰ ਵੀ ਪਤਾ ਕਿ ਲੋਕਡਾਊਨ ਹੈ ਅਤੇ ਆਪਾਂ ਇੰਨੀ ਦੂਰ ਦੂਰ ਜਾ ਨਹੀਂ ਸਕਦੇ ਲੇਕਿਨ ਦੂਰ ਦੂਰ ਦੀਆਂ ਚੀਜ਼ਾਂ ਆਪਾਂ ਆਪਣੇ ਹੀ ਸ਼ਹਿਰ ਦੇ ਵਿੱਚ ਟਰਾਈ ਕਰ ਸਕਦੇ ਹਾਂ ਜਿਵੇਂ ਕਿ ਅੰਮ੍ਰਿਤਸਰੀ ਕੁਲਚਾ ਸਾਰਿਆਂ ਨੂੰ ਪਤਾ ਹੈ ਜੀ ਅੰਮ੍ਰਿਤਸਰੀ ਕੁਲਚਾ ਬਹੁਤ ਫੇਮਸ ਆ ਈਵਨ ਆਲ ਓਵਰ ਇੰਡੀਆ ਦੇ ਵਿੱਚ ਲੋਕ ਦੂਰੋਂ ਦੂਰੋਂ ਅੰਮ੍ਰਿਤਸਰੀ ਕੁਲਚਾ ਖਾਣ ਆਉਂਦੇ ਨੇ ਸੋ ਇਹ ਲੋਕਡਾਊਨ ਦੇ ਦਿਨਾਂ ਦੇ ਵਿੱਚ ਆਪਾਂ ਜ਼ਿਆਦਾ ਬਾਹਰ ਜਾ ਤਾਂ ਨਹੀਂ ਸਕਦੇ ਬਟ ਆਫਟਰ ਲੋਕਡਾਊਨ ਵੀ ਜੇ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਲੁਧਿਆਣੇ ਦੀ ਗੋਆ ਚੌਪਾਤੀ ਮੋਡਲ ਟਾਊਨ ਏਰੀਆ ਹੈ ਜੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੋਆ ਚੌਪਾਤੀ ਪਿੱਛੇ ਲਿਖਿਆ ਵੱਡਾ ਵੱਡਾ ਤੁਹਾਨੂੰ ਦੇਖ ਰਿਹਾ ਆ ਮੋਡਲ ਟਾਊਨ ਦੇ ਵਿੱਚ ਮੌਜੂਦ ਹੈ ਜੀ ਗੋਆ ਚੌਪਾਤੀ ਜਿੱਥੇ ਤੁਸੀਂ ਅੰਮ੍ਰਿਤਸਰ ਦੇ ਫੇਮਸ ਕੁਲਚੇ ਖਾ ਸਕਦੇ ਹੋ ਨਾਨ ਛੋਲੇ ਖਾ ਸਕਦੇ ਹੋ ਮੈਂ ਤੁਹਾਨੂੰ ਲੈ ਕੇ ਜਾਂਦੀ ਹਾਂ ਜੀ ਅੰਮ੍ਰਿਤਸਰੀ ਕੁਲਚਾ ਹੱਟ ਹੈ ਜੀ ਇੱਥੇ ਜੇ ਦੁਕਾਨ ਦਾ ਨਾਮ ਹੈ ਗੋਆ ਚੌਪਾਤੀ ਦੇ ਅੰਦਰ ਹੈ ਅਤੇ ਕਿੱਦਾਂ ਇਹ ਬਣਾਉਂਦੇ ਨੇ ਅੰਮ੍ਰਿਤਸਰੀ ਕੁਲਚਾ ਕੀ ਟੇਸਟ ਹੈ ਕੀ ਖਾਸੀਅਤ ਹੈ ਕਿ ਦੂਰੋਂ ਦੂਰੋਂ ਲੋਕ ਜਿਹੜੇ ਅੰਮ੍ਰਿਤਸਰ ਨਹੀਂ ਜਾਂਦੇ ਲੇਕਿਨ ਅੰਮ੍ਰਿਤਸਰ ਦੇ ਕੁਲਚੇ ਦਾ ਟੇਸਟ ਕਰਨ ਲਈ ਇੱਥੇ ਆਉਂਦੇ ਨੇ ਇੱਦਾਂ ਦੀ ਕੀ ਖਾਸੀਅਤ ਹੈ ਉਹ ਆਪਾਂ ਤੁਹਾਨੂੰ ਅੰਦਰ ਜਾ ਕੇ ਦੱਸਾਂਗੇ ਸੋ ਆਓ ਕਰਦੇ ਹਾਂ ਜੀ ਟੇਸਟ ਤੁਹਾਨੂੰ ਵੀ ਕਰਾਉਂਦੇ ਹਾਂ ਟੇਸਟ ਲੈਟਸ ਗੋ ਸੋ ਯਾ ਬਾਹਰੋਂ ਹੁਣ ਆਪਾਂ ਅੰਦਰ ਆ ਚੁੱਕੇ ਹਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਅੰਮ੍ਰਿਤਸਰੀ ਕੁਲਚਾ ਹੱਟ ਗੋਆ ਚੌਪਾਤੀ ਦੇ ਜਿਹੜੇ ਇੱਥੇ ਓਨਰ ਨੇ ਉਹਨਾਂ ਦੇ ਨਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਚਟਕੋਰੇ ਲਵਾਰੇ ਨੇ ਖੱਟੀ ਖੱਟੀ ਚਟਨੀ ਦੇ ਨਾਨ ਚਨੇ ਦੇ ਅਤੇ ਬਹੁਤ ਸਾਰੀਆਂ ਹੋਰ ਆਈਟਮਸ ਨੇ ਉਹ ਆਪਾਂ ਤੁਹਾਨੂੰ ਮੈਨਿਊ ਵੀ ਬਾਅਦ 'ਚ ਦਿਖਾਵਾਂਗੇ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਜਿਹੜੇ ਓਨਰ ਨੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਇਕਬਾਲ ਸਿੰਘ ਦੂਆ ਜੀ ਇਕਬਾਲ ਸਿੰਘ ਦੂਆ ਸਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੇ ਨਾਨ ਛੋਲੇ ਰੈਡੀ ਕਰਦੇ ਹੋ ਕਿੰਨੇ ਤਰ੍ਹਾਂ ਦੇ ਤੁਸੀਂ ਨਾਨ ਛੋਲੇ ਰੈਡੀ ਕਰਦੇ ਹੋ 7-8 ਤਰ੍ਹਾਂ ਦੇ ਨਾਨ ਛੋਲੇ ਨੇ ਓਕੇ ਕਿਹੜੇ ਕਿਹੜੇ ਨੇ ਗੋਭੀ ਵਾਲਾ ਪਿਆਜ਼ ਵਾਲਾ ਚੂਰ ਚੂਰ ਨਾਨ ਹੈ ਮਿਕਸ ਹੈਗਾ ਆਲੂ ਵਾਲੇ ਹੈ ਹੋਰ ਇਸ ਤਰ੍ਹਾਂ ਕਈ ਆਈਟਮਾਂ ਨੇ ਓਕੇ ਅਤੇ ਲੱਸੀ ਵਗੈਰਾ ਜਾਂ ਹੋਰ ਕੀ ਕੀ ਬਣਦਾ ਹੈ ਨਮਕੀਨ ਲੱਸੀ ਖੱਟੀ ਲੱਸੀ ਹੋਰ ਦੋ ਤਰ੍ਹਾਂ ਦੇ ਬਾਕੀ ਰਾਜਮਾਂਹ ਚਾਵਲ ਹੈ ਕੜੀ ਚਾਵਲ ਹੈ ਹੋਰ ਆਈਟਮਾਂ ਇਹ ਕਾਫੀ ਖਾਣ ਪੀਣ 'ਚ ਅੱਛਾ ਅਤੇ ਅੰਕਲ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਹ ਕੰਮ ਸ਼ੁਰੂ ਕੀਤੇ ਨੇ ਸਾਨੂੰ ਇੱਥੇ 7-8 ਸਾਲ ਹੋ ਗਏ ਨੇ ਲੇਕਿਨ ਸਾਡੇ ਫਾਦਰ ਸਾਹਿਬ ਦਾਦਾ ਜੀ ਪਹਿਲਾਂ ਪੁਰਾਣਾ ਹੀ ਅੰਮ੍ਰਿਤਸਰ ਕੰਮ ਕਰਦੇ ਸੀਗੇ ਠੀਕ ਹੈ ਲੇਕਿਨ ਵਿੱਚੋਂ ਮੈਂ ਨਹੀਂ ਇਸ ਲਾਈਨ 'ਚ ਪਿਆ ਹੁਣ ਦੁਬਾਰੀ ਆ ਗਏ 8 ਸਾਲ ਤੋਂ ਫਿਰ ਦੁਬਾਰੀ ਲਾਈਨ 'ਚ ਸੀ ਪੈ ਗਿਆ ਅੱਛਾ ਕੰਮ ਹੈ ਅੱਛਾ ਤੁਸੀਂ ਪਿੱਛੋਂ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ ਓਕੇ ਓਕੇ ਅਤੇ ਇੱਥੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਗੋਆ ਚੌਪਾਤੀ ਮੋਡਲ ਟਾਊਨ 'ਚ 7 ਸਾਲ ਹੋ ਗਏ ਨੇ ਵੈਸੇ 4 ਸਾਲ ਮਾਡਲ ਟਾਊਨ 'ਚ ਸਾਡੀ ਦੁਕਾਨ ਇੰਦਰਜੀਤ ਨਿੱਕੂ ਸਰ ਉਹ ਬੜਾ ਇੱਥੇ ਤੁਹਾਡੇ ਨਾਨ ਛੋਲੇ ਖਾਣ ਆਉਂਦੇ ਨੇ ਹਾਂਜੀ ਹਰ ਹਫ਼ਤੇ ਜਾਂ ਮਹੀਨੇ ਵਿੱਚ ਲੁਧਿਆਣੇ ਹੋਣ ਜ਼ਰੂਰ ਆਉਂਦੇ ਨੇ ਲਾਜ਼ਮੀ ਖਾ ਕੇ ਜਾਂਦੇ ਨੇ ਹੁਣ ਫੋਟੋਆਂ ਲੱਗੀਆਂ ਦੇਖਿਓ ਜੀ ਨੇ ਹਾਂਜੀ ਤੁਸੀਂ ਇੱਥੇ ਆਓਗੇ ਤੁਸੀਂ ਦੇਖੋਗੇ ਵਿਦ ਫੈਮਿਲੀ ਉਹਨਾਂ ਦੀਆਂ ਫੋਟੋਜ਼ ਇੱਥੇ ਲੱਗੀਆਂ ਹੋਈਆਂ ਨੇ ਉਹ ਜ਼ਰੂਰ ਇੱਥੇ ਕੁਲਚੇ ਚਨੇ ਖਾਣ ਆਉਂਦੇ ਨੇ ਅਤੇ ਨਾਨ ਛੋਲੇ ਖਾਣ ਆਉਂਦੇ ਨੇ ਅਤੇ ਸਰ ਮੈਂ ਇੱਕ ਗੱਲ ਹੋਰ ਪੁੱਛੂੰਗੀ ਕਿ ਇੱਦਾਂ ਦਾ ਕੀ ਸਪੈਸ਼ਲ ਆ ਤੁਹਾਡੇ ਨਾਨ ਦੇ ਵਿੱਚ ਕਿ ਲੋਕ ਇੰਨਾ ਦੂਰੋਂ ਦੂਰੋਂ ਲੋਕਡਾਊਨ ਦੇ ਕਰਕੇ ਤਾਂ ਲੋਕ ਵੈਸੇ ਘਰ ਬੈਠੇ ਨੇ ਅਤੇ ਇੱਦਾਂ ਦੇ ਮਤਲਬ ਨਾਨ ਛੋਲਿਆਂ ਨੂੰ ਖਾਣ ਨੂੰ ਨਹੀਂ ਮਿਲਦੇ ਹੈਗੇ ਲੋਕਡਾਊਨ ਦੇ ਵਿੱਚ ਲੋਕਡਾਊਨ ਤੋਂ ਪਹਿਲਾਂ ਕੀ ਸਰ ਇੱਦਾਂ ਦਾ ਸਪੈਸ਼ਲ ਆ ਕਿ ਲੋਕ ਇੱਥੇ ਹੀ ਆਉਂਦੇ ਨੇ ਖਾਣ ਸਾਡੇ ਇੱਕ ਤਾਂ ਨਾਨ ਬਹੁਤ ਕ੍ਰਿਸਪੀ ਨੇ ਜਿਹੜੇ ਸਾਡੇ ਮਸਾਲੇ ਨੇ ਸਪੈਸ਼ਲ ਆਪਣੇ ਪਿਆਰੇ ਨੇ
ਸਾਰਾ ਕੁਝ ਸਾਡਾ ਆਪਣਾ ਖਾਸ ਸਪੈਸ਼ਲ ਤਾਜ਼ਾ ਕਰੀਦਾ ਨਾਲ ਨਾਲ ਬਣਦੇ ਨਾਲ ਨਿਗਾਹ ਖਾਂਦਾ ਨਾਲ ਤਾਜ਼ਾ ਸਗੋਂ ਬਣਾਈਦਾ ਇਸ ਕ੍ਰਿਸਪੀਪਨ ਹੁੰਦਾ ਕੋਈ ਅਸੀਂ ਕੁਝ ਕੈਮੀਕਲ ਨਹੀਂ ਪਾਉਂਦੇ ਅਸੀਂ ਸਿਰਫ ਤੰਦੂਰ ਦੀ ਕਲਾ ਕਰੀਏ ਜੋ ਕੰਮ ਹੁੰਦਾ ਸਾਨੂੰ ਠੀਕ ਹੈ ਅਤੇ ਸਰ ਇੱਕ ਮੈਂ ਚੀਜ਼ ਹੋਰ ਨੋਟ ਕੀਤੀ ਹੈ ਮੈਂ ਜਦੋਂ ਬਾਹਰ ਵੀ ਮੈਂ ਲੋਕਾਂ ਨੂੰ ਆਪਣੀ ਸਾਰੇ ਵਿਊਅਰਸ ਨੂੰ ਇੰਟਰੋਡਿਊਸ ਕਰਵਾ ਰਹੀ ਸੀ ਜਿੱਦਾਂ ਹੀ ਮੈਂ ਅੰਦਰ ਆਈ ਹਾਂ ਮੈਂ ਇੱਕ ਚੀਜ਼ ਜ਼ਰੂਰ ਨੋਟ ਕੀਤੀ ਆ ਕਿ ਜਿਹੜੇ ਨਾਨ ਹੁੰਦੇ ਨੇ ਉਹ ਇੱਕ ਵਾਰੀ ਤੰਦੂਰ ਦੇ ਵਿੱਚ ਪਾਏ ਜਾਂਦੇ ਨੇ ਲੇਕਿਨ ਇਹਨਾਂ ਦੇ ਜਿਹੜੇ ਨਾਨ ਨੇ ਉਹ ਸਪੈਸ਼ਲ ਦੋ ਵਾਰੀ ਇੱਕ ਵਾਰੀ ਕੱਟ ਕੇ ਦੂਜੀ ਵਾਰੀ ਫਿਰ ਉਹਨਾਂ ਨੂੰ ਬਣਾਇਆ ਜਾ ਰਿਹਾ ਇੱਦਾਂ ਕਿਉਂ ਉਹੀ ਕ੍ਰਿਸਪੀ ਬਣਨ ਵਾਸਤੇ ਕਰਾਇਆ ਜਾ ਰਿਹਾ ਨਾ ਸਪੈਸ਼ਲ ਤਾਂ ਹੀ ਤੁਹਾਨੂੰ ਪਹਿਲਾਂ ਵੀ ਕਹਿੰਦਾ ਕ੍ਰਿਸਪੀ ਹੁੰਦੇ ਨੇ ਡਬਲ ਫਿਰ ਮੱਖਣ ਲਾ ਕੇ ਦੁਬਾਰਾ ਫਿਰ ਕੀਤਾ ਜਾਂਦਾ ਫਿਰ ਕ੍ਰਿਸਪੀ ਨਾਲ ਆ ਜਾਂਦਾ ਤੇ ਤੁਸੀਂ ਦੇਖਿਆ ਜੀ ਕਿੰਨੀਆਂ ਗੱਲਾਂ ਇੱਕ ਤਾਂ ਇਹਨਾਂ ਦੇ ਜਿਹੜੇ ਮਸਾਲੇ ਨੇ ਉਹ ਖੁਦ ਤਿਆਰ ਕਰਦੇ ਨੇ ਬਾਹਰਲਾ ਕੋਈ ਮਸਾਲਾ ਇੱਦਾਂ ਦਾ ਨਹੀਂ ਆ ਜਿਹੜਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋਵੇ ਜਿੱਦਾਂ ਸਰ ਦੱਸ ਰਹੇ ਨੇ ਕਿ ਕੋਈ ਵੀ ਕੈਮੀਕਲ ਨਹੀਂ ਆ ਅਤੇ ਕ੍ਰਿਸਪੀ ਇੰਨੇ ਨੇ ਇਹਨਾਂ ਦੇ ਨਾਨ ਛੋਲੇ ਕਿ ਇਹ ਇੱਕ ਵਾਰੀ ਨਹੀਂ ਦੋ ਦੋ ਵਾਰੀ ਉਹਨੂੰ ਤੰਦੂਰ ਦੇ ਵਿੱਚ ਪਾ ਕੇ ਦੁਬਾਰਾ ਉਹਨੂੰ ਡਬਲ ਮੱਖਣ ਲਗਾ ਕੇ ਰੈਡੀ ਕਰਦੇ ਨੇ ਅਤੇ ਤੁਹਾਡੀ ਸਿਹਤ ਦੇ ਲਈ ਬਿਲਕੁਲ ਇਹ ਸਹੀ ਹੈ ਉਹਦਾ ਰੀਜ਼ਨ ਅਮੁਲ ਮੱਖਣ ਵਰਤੀਦਾ ਠੀਕ ਹੈ ਜਿਹੜਾ ਮੱਖਣ ਹੈ ਜੀ ਉਹ ਅਮੂਲ ਦਾ ਯੂਜ਼ ਕੀਤਾ ਜਾਂਦਾ ਸਰ ਨੇ ਸਾਨੂੰ ਸਪੈਸ਼ਲੀ ਦੱਸਿਆ ਹੈ ਅਤੇ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਜੀ ਮਸਾਲੇ ਜਿਹੜੇ ਨੇ ਉਹ ਘਰ ਦੇ ਹੀ ਤਿਆਰ ਕੀਤੇ ਜਾਂਦੇ ਨੇ ਜਿਹੜੇ ਤੁਹਾਡੇ ਸਿਹਤ ਲਈ ਬਿਲਕੁਲ ਵੀ ਹਾਨੀਕਾਰਕ ਨਹੀਂ ਆ ਸੋ ਇੰਨੀਆਂ ਸਾਰੀਆਂ ਖਾਸੀਅਤਾਂ ਇੱਥੋਂ ਦੇ ਨਾਨ ਛੰਨੇ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਅਤੇ ਬਾਕੀ ਖਾ ਕੇ ਪਤਾ ਲੱਗੂਗਾ ਕਿ ਇੱਦਾਂ ਦਾ ਕੀ ਖਾਸ ਹੈ ਕਿ ਜੋ ਉਹ ਦੱਸ ਰਹੇ ਨੇ ਕਿ ਵਾਕਈ ਉਹ ਗੱਲ ਸੱਚ ਹੈ ਜਿਹੜੇ ਲੋਕੀ ਇੰਨੀ ਦੂਰੋਂ ਦੂਰੋਂ ਆਉਂਦੇ ਆ ਕੁਛ ਤੋਂ ਬਾਤ ਹੈ ਜੋ ਲੋਕ ਇਤਨੀ ਦੂਰ ਦੂਰ ਸੇ ਆਤੇ ਹੈ ਇੱਕ ਆਰਡਰ ਹੋਰ ਹੈ ਜੀ ਸਰ ਵਿੱਚ ਜ਼ੋਰਦਾਰ ਕਹਿ ਰਹੇ ਆ ਜਾਓ ਤੁਹਾਡਾ ਆਰਡਰ ਹੈ ਦੇਖੋ ਜੀ ਤੋ ਆਪਾਂ ਗੱਲ ਕਰਦੇ ਹੁਣ ਆਪਾਂ ਟਰਾਈ ਕਰਦੇ ਕਿਉਂਕਿ ਇੰਨਾ ਕੁਛ ਸੁਣ ਕੇ ਕਿ ਘਰ ਦੇ ਮਸਾਲੇ ਨੇ ਕ੍ਰਿਸਪੀਨੈਸ ਆ ਮੇਰਾ ਖੁਦ ਦਾ ਬਹੁਤ ਦਿਲ ਕਰ ਗਿਆ ਖਾਣ ਨੂੰ ਸੋ ਪਲੀਜ਼ ਮੇਰਾ ਆਰਡਰ ਵੀ ਲਿਆ ਜਾਵੇ ਮੈਨੂੰ ਨਾਨ ਛੋਲੇ ਰੈਡੀ ਕਰਕੇ ਦਿੱਤੇ ਜਾਣ ਸੋ ਆ ਜਾਓ ਤੁਹਾਨੂੰ ਵੀ ਖਵਾਈਏ ਅਤੇ ਆਪ ਖੁਦ ਵੀ ਖਾਂਦੇ ਹਾਂ ਆ ਜਾਓ ਜੀ ਤੁਸੀਂ ਦੇਖ ਚੁੱਕੇ ਹੋ ਔਰ ਬਣ ਕੇ ਇਹ ਮੇਰੇ ਕੋਲ ਆ ਚੁੱਕਿਆ ਆ ਅਤੇ ਮੇਰੇ ਮੂੰਹ 'ਚੋਂ ਪਾਣੀ ਆ ਰਿਹਾ ਆ ਗੱਲ ਜ਼ਿਆਦਾ ਹੋ ਨਹੀਂ ਰਹੀ ਤੁਸੀਂ ਦੇਖ ਸਕਦੇ ਹੋ ਵੈਸੇ ਮੈਂ ਇੱਕ ਚੀਜ਼ ਜ਼ਰੂਰ ਦੱਸੂੰਗੀ ਕਿ ਜਿਹੜੀਆਂ ਕੁੜੀਆਂ ਜ਼ਿਆਦਾ ਖੱਟਾ ਖਾਣ ਦੀਆਂ ਸ਼ੌਕੀਨ ਨੇ ਨਾ ਤਾਂ ਉਹਨਾਂ ਵਾਸਤੇ ਇਹ ਆ ਲਾਈਕ ਸਪੈਸ਼ਲੀ ਮੇਰੇ ਵਾਸਤੇ ਮੈਨੂੰ ਤਾਂ ਬਹੁਤ ਪਸੰਦ ਆ ਹੈ ਨਾ ਅਤੇ ਜਿਹੜੀਆਂ ਕੁੜੀਆਂ ਚੈਨਲ ਦੇਖ ਰਹੀਆਂ ਨੇ ਮੈਨੂੰ ਲੱਗਦਾ ਉਹਨਾਂ ਦੇ ਮੂੰਹ 'ਚ ਪਾਣੀ ਆ ਰਿਹਾ ਆ ਸੋ ਕਿੱਦਾਂ ਬਣ ਰਿਹਾ ਆ ਕਿੱਦਾਂ ਠੀਕ ਹੈ ਮੈਂ ਟੇਸਟ ਕਰਕੇ ਦੇਖਦੀ ਹਾਂ ਅੱਖਾਂ ਬੰਦ ਕਰਕੇ ਦੇਖ ਲਈ ਅੱਖਾਂ ਖੋਲ੍ਹ ਕੇ ਦੇਖ ਲਿਆ ਮੈਨੂੰ ਪਤਾ ਤੁਹਾਡੇ ਮੂੰਹ 'ਚ ਪਾਣੀ ਆਉਣ ਹੀ ਵਾਲਾ ਆ ਸੋ ਖੱਟੀ ਓ ਮਾਈ ਗੋਡ ਇੰਨੀ ਖੱਟੀ ਚਟਨੀ ਹੈ ਨਾ ਲੱਗੀ ਤੁਸੀਂ ਇਹ ਇੱਕ ਵਾਰੀ ਟਰਾਈ ਕਰ ਲੈਂਦੇ ਹੋ ਨਾ ਮੈਂ 100% ਯਕੀਨ ਨਾਲ ਕਹਿ ਸਕਦੀ ਹਾਂ ਕਿ ਤੁਸੀਂ ਗੋਲ ਗੱਪੇ ਨਹੀਂ ਖਾਓਗੇ ਗੋਲ ਗੱਪਿਆਂ ਦਾ ਜਿਹੜਾ ਪਾਣੀ ਹੁੰਦਾ ਨਾ ਕਹਿ ਲਓ ਕਿ ਉਹਨੂੰ ਕੱਢ ਕੇ ਹੀ ਇਹ ਬਣੀ ਹੋਈ ਹੈ ਇੰਨੀ ਟੇਸਟੀ ਔਰ ਇੰਨੀ ਖੱਟੀ ਆ ਹੁਣ ਆਪਾਂ ਆਉਂਦੇ ਹਾਂ ਚਨੇ ਵੱਲ ਚਨੇ ਤੁਸੀਂ ਦੇਖ ਤਾਂ ਸਕਦੇ ਹੋ ਹੈ ਨਾ ਮੈਂ ਟਰਾਈ ਕਰਕੇ ਦੇਖਦੀ ਹਾਂ ਲੋਕਡਾਊਨ ਦੇ ਵਿੱਚ ਘਰ ਬੈਠੇ ਜਿਨ੍ਹਾਂ ਦੇ ਮੂੰਹ 'ਚ ਪਾਣੀ ਆ ਰਿਹਾ ਆ ਅਮੇਜ਼ਿੰਗ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਲੁਧਿਆਣੇ ਦੇ ਗੋਆ ਚੌਪਾਤੀ ਦੇ ਇਹ ਫੇਮਸ ਅੰਮ੍ਰਿਤਸਰੀ ਨਾਨ ਨੇ ਅਤੇ ਜੇ ਇਹ ਫੇਮਸ ਨੇ ਤਾਂ ਸਪੈਸ਼ਲ ਤਾਂ ਹੋਣਗੀ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਮੈਨੂੰ ਇਸ ਟਾਈਮ ਖਾਣ ਦੀ ਲੋੜ ਹੈ ਕਿਉਂਕਿ ਇਹ ਬਹੁਤ ਟੇਸਟੀ ਆ ਚਨੇ ਆਪਾਂ ਟਰਾਈ ਕਰ ਚੁੱਕੇ ਹਾਂ ਹੁਣ ਆਪਾਂ ਟਰਾਈ ਕਰਦੇ ਹਾਂ ਕੁਲਚਾ ਕੁਲਚਾ ਤੁਸੀਂ ਦੇਖ ਰਹੇ ਹੋ ਕਿੰਨਾ ਕ੍ਰਿਸਪੀ ਆ ਤੁਸੀਂ ਇਹ ਦੇਖੋ ਕਿ ਮੈਂ ਇਹਨੂੰ ਤੋੜ ਰਹੀ ਹਾਂ ਔਰ ਇਹ ਲਾਈਕ ਇਹ ਹੈ ਕ੍ਰਿਸਪੀ ਯੂ ਨੋ
ਜਿਹੜਾ ਉੱਦਾਂ ਹੀ ਹੁੰਦੀ ਹੈ ਨਾ ਚੀਜ਼, ਰੋਟੀ ਵਗੈਰਾ ਜ਼ਿਆਦਾ ਤਲੀ ਹੋਈ ਤਾਂ ਆਪਾਂ ਇੱਦਾਂ ਹੀ ਉਤਾਰਦੇ ਆ, ਉੱਤਰ ਜਾਂਦੀ ਹੈ, ਬੜੇ ਇਹ ਬੜਾ ਦੇਖੋ ਹੱਥਾਂ ਨੂੰ ਵੀ ਲੱਗ ਰਹੀ ਹੈ, ਲਾਈਕ ਇੰਨੀ ਕ੍ਰਿਸਪੀ ਹੈ, ਹੈ ਨਾ। ਆਪਾਂ ਟਰਾਈ ਕਰਦੇ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਕ੍ਰਿਸਪੀ ਹੈ ਟੁੱਟਿਆ ਹੋਇਆ ਇਹਨੂੰ ਚੱਕ ਕੇ ਮੈਂ ਟਰਾਈ ਕਰਾਂ ਕਿ ਇੱਦਾਂ ਹੀ ਕਰਾਂ। ਪਹਿਲਾਂ ਮੈਂ ਚੱਲਣੇ ਲੈਂਦੀ ਹਾਂ, ਚਟਨੀ ਤਾਂ ਮੈਂ ਜ਼ਰੂਰ ਲਊਂਗੀ, ਮੈਂ ਦੱਸ ਨਹੀਂ ਸਕਦੀ। ਅਮੇਜ਼ਿੰਗ, ਇਸ ਉੱਤੇ ਮੇਰੇ ਕੋਲ ਵਰਡ ਨਹੀਂ ਆ, ਅਮੇਜ਼ਿੰਗ ਤੋਂ ਉੱਤੇ ਮੇਰੇ ਕੋਈ ਵਰਡ ਨਹੀਂ ਆ, ਸੁਪਰਬ। ਸ਼ਿਲਪਾ ਸ਼ੈਟੀ ਮੈਮ ਨੂੰ ਇੱਕ ਵਾਰੀ ਟਰਾਈ ਕਰਨਾ ਚਾਹੀਦਾ, ਕਿਉਂਕਿ ਸੁਪਰ ਸੇ ਉੱਪਰ ਕੀ ਪਰਫੋਰਮੈਂਸ ਹੈ। ਅੰਮ੍ਰਿਤਸਰੀ ਕੁਲਚਾ ਹੱਟ, ਗੋਆ ਚੌਪਾਤੀ, ਮੋਡਲ ਟਾਊਨ ਐਕਸਟੈਂਸ਼ਨ, ਲੁਧਿਆਣਾ, ਆਪਾਂ ਟਰਾਈ ਕਰ ਰਹੇ ਹਾਂ। ਜਿਹੜੇ ਅੰਮ੍ਰਿਤਸਰ ਜਲਦੀ ਨਹੀਂ ਜਾ ਸਕਦੇ ਲੋਕਡਾਊਨ ਦੇ ਵਿੱਚ, ਸਪੈਸ਼ਲੀ ਲੁਧਿਆਣੇ ਵਾਲੇ ਜਿਹੜੇ ਅੰਮ੍ਰਿਤਸਰ ਨਹੀਂ ਜਾ ਸਕਦੇ, ਬਟ ਅੰਮ੍ਰਿਤਸਰੀ ਕੁਲਚੇ ਅਤੇ ਨਾਨ ਖਾਣੇ ਲਾਜ਼ਮੀ ਆ, ਆਓ ਜ਼ਰੂਰ ਯਾਰ, ਸੀਰੀਅਸਲੀ ਅਮੇਜ਼ਿੰਗ। ਮੈਂ ਸਵੇਰੇ ਰੋਟੀ ਖਾ ਕੇ ਆਈ ਹਾਂ, ਬਟ ਮੈਂ ਸਪੈਸ਼ਲੀ ਖਾ ਰਹੀ ਹਾਂ। ਉਹਨਾਂ ਨੇ ਤਾਂ ਕੱਲ੍ਹ ਦੀ ਪ੍ਰੈਪਰੇਸ਼ਨ ਹੀ ਦਿਖਾਈ ਸੀ, ਪਰ ਮੈਂ ਮੰਗਣਾ ਜ਼ਰੂਰੀ ਸਮਝਿਆ। ਓਕੇ, ਸੋ ਬਾਕੀ ਦੀਆਂ ਗੱਲਾਂ ਆਪਾਂ ਬਾਅਦ 'ਚੋਂ ਕਰਾਂਗੇ, ਟੇਸਟ ਕਿੱਦਾਂ ਦਾ ਆ, ਚਟਨੀ ਕਿੱਦਾਂ ਦੀ ਆ ਸਪੈਸ਼ਲੀ, ਅਤੇ ਕੁਲਚਾ ਤਾਂ ਤੁਸੀਂ ਦੇਖ ਹੀ ਸਕਦੇ ਹੋ। ਆ ਮੈਂ ਇੱਕ ਚੀਜ਼ ਹੋਰ ਦਿਖਾਉਣਾ ਚਾਹੁੰਦੀ ਹਾਂ, ਵੇਟ, ਕ੍ਰਿਸਪੀ, ਯੂ ਨੋ, ਆ ਦੇਖੋ, ਛੱਡ ਹੀ ਗੱਲਾਂ ਦਿਓ, ਠੀਕ ਹੈ। ਅਤੇ ਬਾਕੀ ਗੱਲਾਂ ਹੁਣ ਆਪਾਂ ਬਾਅਦ 'ਚੋਂ ਕਰਦੇ ਹਾਂ, ਅੰਦਰ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਅਦ 'ਚੋਂ ਕਰਾਂਗੇ, ਪਹਿਲਾਂ ਖਾ ਲਈਏ, ਠੀਕ ਹੈ। ਫਾਈਨਲੀ ਜੀ, ਮੈਂ ਤੁਸੀਂ ਦੇਖ ਰਹੇ ਹੋ ਕਿ ਟੇਬਲ ਅੱਗੋਂ ਖਾਲੀ ਹੋ ਚੁੱਕਿਆ ਆ, ਮੈਂ ਖਾ ਚੁੱਕੀ ਹਾਂ ਜੀ। ਖਾਣ ਤੋਂ ਬਾਅਦ ਮੈਂ ਇੰਨਾ ਕੁ ਥੱਕ ਚੁੱਕੀ ਹਾਂ ਹੁਣ ਕਿ ਮੈਨੂੰ ਰੈਸਟ ਦੀ ਲੋੜ ਆ। ਬਾਕੀ ਮੈਂ ਦੱਸਾਂ ਕਿ ਇੰਨਾ ਟੇਸਟੀ ਸੀ, ਇੰਨਾ ਯਮੀ ਸੀ, ਲਾਈਕ ਮੈਂ ਜੇ ਹੁਣ ਜ਼ਿਆਦਾ ਬੋਲੂੰਗੀ ਨਾ ਤੁਸੀਂ ਕਹਿਣਾ ਪਤਾ ਨਹੀਂ ਕਿਉਂ ਇੰਨਾ ਬੋਲਦੀ ਪਈ ਹੈ। ਲਾਈਕ ਜਦ ਤੱਕ ਤੁਸੀਂ ਆਪ ਨਹੀਂ ਆਉਂਦੇ ਨਾ, ਆਪ ਨਹੀਂ ਤੁਸੀਂ ਟਰਾਈ ਕਰਦੇ, ਤੁਹਾਨੂੰ ਨਹੀਂ ਪਤਾ ਲੱਗਣਾ ਹੈਗਾ, ਕਿਉਂਕਿ ਮੇਰੇ ਕੋਲ ਹੁਣ ਬੈਠਿਆ ਨਹੀਂ ਜਾ ਰਿਹਾ, ਕਿਉਂਕਿ ਦਿਖਾਇਆ ਮੈਂ ਤੁਹਾਨੂੰ ਇੱਕ ਸੀ, ਰਾਈਟ। ਔਰ ਜਦੋਂ ਮੈਂ ਕੈਮਰੇ ਵਿੱਚ ਤੁਹਾਨੂੰ ਬ੍ਰੇਕ ਲਈ ਹੈ ਨਾ, ਤੁਹਾਨੂੰ ਕੀ ਪਤਾ ਮੈਂ ਇੱਕ ਹੋਰ ਖਾ ਚੁੱਕੀ ਹਾਂ, ਅਤੇ ਪਲੀਜ਼ ਮੈਂ ਕੈਮਰਾ ਮੈਨ ਨੂੰ ਰਿਕੁਐਸਟ ਕਰਦੀ ਹਾਂ ਕਿ ਮੇਰੇ ਪੇਟ ਵੱਲ ਕੈਮਰਾ ਨਾ ਮਾਰਿਆ ਜਾਵੇ, ਕਿਉਂਕਿ ਮੇਰਾ ਪੇਟ ਬਹੁਤ ਫੁੱਲ ਚੁੱਕਿਆ, ਮੈਂ ਇੰਨਾ ਖਾ ਚੁੱਕੀ ਹਾਂ। ਅਤੇ ਮੈਂ ਸਿਰਫ ਇਹੀ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਕਿ ਇੱਕ ਵਾਰੀ ਜ਼ਰੂਰ ਟਰਾਈ ਕਰੋ ਜੀ, ਅੰਮ੍ਰਿਤਸਰੀ ਕੁਲਚਾ ਹੱਟ ਤੁਸੀਂ ਦੇਖ ਚੁੱਕੇ ਹੋ, ਗੋਆ ਚੌਪਾਤੀ ਲੁਧਿਆਣਾ ਦੇ ਮੋਡਲ ਟਾਊਨ ਦੇ ਵਿੱਚ ਹੈਗਾ ਆ ਜੀ। ਅਤੇ ਇੱਕ ਵਾਰੀ ਜ਼ਰੂਰ ਆਓ ਜੇ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣ ਦੇ, ਨਾਨ ਖਾਣ ਦੇ ਸ਼ੌਕੀਨ ਹੋ, ਇੰਡੀਆ ਦੇ ਵਿੱਚ ਕਿਤੋਂ ਵੀ ਤੁਸੀਂ ਬਿਲੋਂਗ ਕਰਦੇ ਹੋ, ਲੁਧਿਆਣੇ ਆਉਂਦੇ ਹੋ, ਤਾਂ ਜ਼ਰੂਰ ਗੋਆ ਚੌਪਾਤੀ ਦੇ ਵਿੱਚ ਵਿਜ਼ਿਟ ਕਰੋ ਜੀ, ਅੰਮ੍ਰਿਤਸਰੀ ਕੁਲਚਾ ਹੱਟ। ਆਪਾਂ ਹੁਣ ਮੇਰੇ ਕੋਲ ਹੋਰ ਕੋਈ ਗੱਲ ਨਹੀਂ ਹੈ, ਕਿਉਂਕਿ ਮੈਂ ਬਹੁਤ ਥੱਕ ਚੁੱਕੀ ਹਾਂ, ਮੇਰੇ ਰੈਸਟ ਕਰਨ ਦਾ ਟਾਈਮ ਹੋ ਚੁੱਕਿਆ ਆ। ਇੰਨੀ ਕੁ ਹੋਰ ਇੱਕ ਚੀਜ਼ ਹੋਰ, ਹਾਂ ਲਾਸਟ ਮੈਂ ਇੱਕ ਜ਼ਰੂਰ ਚੀਜ਼ ਕਹਿਣਾ ਚਾਹੂੰਗੀ ਕਿ ਜਿਹੜੀ ਚਟਨੀ ਸੀ ਨਾ ਉਹ ਇੰਨੀ ਕੁ ਜ਼ਿਆਦਾ ਖੱਟੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਹੁਣ ਮੈਂ ਜਾ ਤਾਂ ਰਹੀ ਹਾਂ ਖਾ ਪੀ ਕੇ, ਲੇਕਿਨ ਮੈਂ ਇੱਕ ਪੈਕ ਦੇ ਵਿੱਚ ਉਹ ਚਟਨੀ ਜ਼ਰੂਰ ਪੈਕਟ ਦੇ ਵਿੱਚ ਪੈਕ ਕਰਵਾਊਂਗੀ, ਤਾਂ ਕਿ ਮੈਂ ਘਰ ਜਾ ਕੇ ਆਪਣੀ ਰੋਟੀ ਨਾਲ ਅਲੱਗ ਤੋਂ ਖਾ ਸਕਾਂ, ਠੀਕ ਹੈ। ਅਤੇ ਬਾਕੀ ਇੱਦਾਂ ਦੀਆਂ ਹੋਰ ਬਹੁਤ ਸਾਰੇ ਅਸੀਂ ਜਿਹੜੇ ਫੇਮਸ ਫੂਡ ਨੇ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ, ਅਤੇ ਖੁਦ ਵੀ ਖਾਂਦੇ ਰਹਾਂਗੇ, ਤੁਹਾਨੂੰ ਦੱਸਦੇ ਰਹਾਂਗੇ ਲੋਕਡਾਊਨ ਦੇ ਵਿੱਚ ਵੀ ਅਤੇ ਲੋਕਡਾਊਨ ਦੇ ਬਾਅਦ 'ਚੋਂ ਵੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੇ ਕਿੱਥੇ ਫੇਮਸ ਨੇ ਅਤੇ ਤੁਹਾਨੂੰ ਟਰਾਈ ਕਰਨੀਆਂ ਚਾਹੀਦੀਆਂ ਨੇ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਚੁੱਕੇ ਅਤੇ ਸਾਰੇ ਜਾਣੇ ਆ ਕੇ ਇੱਕ ਵਾਰੀ ਟੇਸਟ ਜ਼ਰੂਰ ਕਰ ਸਕਣ ਅੰਮ੍ਰਿਤਸਰੀ ਕੁਲਚਾ ਹੱਟ ਦਾ। ਅਤੇ ਆਪਾਂ ਮਿਲਾਂਗੇ ਜੀ ਅੱਗੇ ਤੁਹਾਨੂੰ ਕਿਸੇ ਹੋਰ ਫੇਮਸ ਫੂਡ ਦੇ ਨਾਲ, ਤਦ ਤੱਕ ਲਈ ਮੈਂ ਚਾਂਦਨੀ ਕੋਹਲ ਜੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।